ਸਟੂਡੈਂਟ ਵੀਜ਼ਾ ਦੇ ਪਹਿਲਾਂ ਕੁਛ ਕੁ ਮਹੀਨੇ ਬਹੁਤ ਬੁਰੇ ਹਾਲਾਤ ਰਹੇ ਆ। ਹਾਂਜੀ ਰੀਸੈਂਟਲੀ ਅੱਜ ਹੀ ਮੈਂ ਜਿਹੜੇ ਕੁਛ ਅੰਕੜੇ ਦੇਖੇ ਸੀਗੇ ਕਿ ਸਭ ਤੋਂ ਵੱਧ ਇੰਡੀਆ ਦੇ ਸਟੂਡੈਂਟ ਨੂੰ ਡਿਕਲਾਈਨ ਕੀਤਾ ਗਿਆ, ਡਿਕਲਾਈਨ ਰੇਟ ਬਹੁਤ ਜ਼ਿਆਦਾ ਆ ਜੇ ਆਪਾਂ ਕੰਪੇਅਰ ਕਰੀਏ ਪਿਛਲੇ ਸਾਲਾਂ ਨਾਲ। ਕੁਛ ਇੰਪਰੂਵਮੈਂਟ ਆਈ ਆ ਹੁਣ ਤੱਕ? ਆਪ ਜਿਹੜੇ ਤੇ ਲੈਵਲ 8-9 ਕੋਰਸ ਨੇ ਜਾਂ ਜਿਹੜੇ ਕੋਰਸ ਜਿਹੜੇ ਗ੍ਰੀਨ ਲਿਸਟ ਦੇ ਵਿੱਚ ਨੇ ਉਹਨਾਂ ਵਿੱਚ ਤੇ ਅੱਛਾ ਹੈ, ਬਟ ਜਿਹੜੇ ਲੋਅਰ ਲੈਵਲ ਦੇ ਕੋਰਸ ਨੇ ਲੈਵਲ 4-5-6 ਜੀ, ਉਹ ਕੋਰਸਿਸ ਦਾ ਜਿਹੜਾ ਇਮੀਗ੍ਰੇਸ਼ਨ ਦਾ ਬਹੁਤ ਹੀ ਨੈਗੇਟਿਵ ਐਟੀਟਿਊਡ ਹੈ ਜੀ। ਜੇ ਕਿਸੇ ਦਾ ਡਿਕਲਾਈਨ ਵੀ ਹੋ ਜਾਂਦਾ ਦੁਬਾਰਾ ਤਾਂ ਉਹ ਅਪੀਲ ਕਰ ਸਕਦਾ ਕੋਈ? ਤੁਹਾਨੂੰ ਲੱਗਦਾ ਕੋਈ ਉਹਦਾ ਪੋਜ਼ਿਟਿਵ ਇਫੈਕਟ ਹੋਏਗਾ? ਜੇ ਤਾਂ ਕੋਈ ਔਨਸ਼ੋਰ ਹੈ ਉਹ ਰੀਕਨਸੀਡਰੇਸ਼ਨ ਪਾ ਸਕਦੇ ਨੇ, ਜੇ ਕੋਈ ਆਫਸ਼ੋਰ ਹੈ ਉਹਨਾਂ ਨੂੰ ਨਵਾਂ ਵੀਜ਼ਾ ਪਾਉਣਾ ਪੈਂਦਾ ਹੈ। ਓਕੇ, ਫਰੈਂਚਾਈਜ਼ ਐਕ੍ਰੈਡੀਟੇਸ਼ਨ ਹੈ ਉਹ ਖਤਮ ਹੋ ਗਈ ਹੈ, ਦੈਟ ਇਜ਼ ਅ ਪੋਜ਼ਿਟਿਵ ਚੇਂਜ ਬਿਕੋਜ਼ ਫਰੈਂਚਾਈਜ਼ ਰਿਕੁਆਇਰਮੈਂਟਸ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਸੀਗੀਆਂ, 24 ਮੰਥਸ ਦਾ ਜਿਹੜਾ ਹੈ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਸੀ ਐਜ਼ ਅ ਫਰੈਂਚਾਈਜ਼। ਸੋ ਫਰੈਂਚਾਈਜ਼ ਐਕ੍ਰੈਡੀਟੇਸ਼ਨ ਬੰਦ ਹੋ ਗਈ ਹੈ, ਉਹਦੀ ਜਗ੍ਹਾ 'ਤੇ ਤੁਸੀਂ ਸਟੈਂਡਰਡ ਹਾਈ ਵੋਲੀਊਮ ਜਾਂ ਥਰਡ ਪਾਰਟੀ ਐਕ੍ਰੈਡੀਟੇਸ਼ਨ ਹੁਣ ਕਰਵਾ ਸਕਦੇ ਹੋ। ਸੋ ਦੈਟਸ ਅ ਗੁੱਡ ਨਿਊਜ਼ ਫੋਰ ਫਰੈਂਚਾਈਜ਼ ਜੀ। ਜਿਹੜੇ ਐਪਲੀਕੈਂਟਸ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਇੰਗਲਿਸ਼ ਕਿਸੇ ਕੋਰਸ 'ਚ ਐਡਮਿਸ਼ਨ ਲੈਣ ਲਈ ਜੀ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਮੀਟ ਕਰਨ ਦੀ ਪ੍ਰੋਬਲਮ ਹੁੰਦੀ ਹੈ, ਉਹ ਜਿਹੜਾ ਹੈ NZCEL ਇੰਗਲਿਸ਼ ਲੈਂਗੁਏਜ ਵਾਲਾ ਕੋਰਸ ਲੈ ਕੇ ਅੱਗੇ ਕਰ ਸਕਦੇ ਨੇ, ਬਟ ਉਹਦੇ 'ਚ ਵੀ ਕੋਲੇਜਿਸ ਟੈਸਟ ਲੈਂਦੇ ਨੇ ਅਤੇ ਥੋੜ੍ਹੀ ਬਹੁਤ ਮਤਲਬ ਆਉਣੀ ਚਾਹੀਦੀ ਹੈ ਇੰਗਲਿਸ਼, ਅਤੇ ਅੱਗੇ ਉਹ ਆਪਣਾ ਸਟੂਡੈਂਟ ਵੀਜ਼ਾ ਪਾ ਸਕਦੇ ਨੇ ਜੇ ਉਹ ਆਪਣੀ ਸਕਿੱਲਸ ਇੰਪਰੂਵ ਕਰਨੀ ਹੈ। ਤੁਸੀਂ ਸਕਿੱਲ ਲੈਵਲ 4, ਚਾਹੇ ਤੁਸੀਂ ਸਕਿੱਲ ਲੈਵਲ 4-5 ਦੇ ਵਿੱਚ ਜੋਬ ਅਪਲਾਈ ਕਰ ਰਹੇ ਹੋ ਜੀ, ਤੁਹਾਨੂੰ ਇਹ ਸਟੈਬਲਿਸ਼ ਕਰਨਾ ਪਏਗਾ ਕਿ ਜਾਂ ਤੁਹਾਡੇ ਕੋਲ 3 ਸਾਲ ਦਾ ਰੈਲੀਵੈਂਟ ਐਕਸਪੀਰੀਅੰਸ ਹੈ ਅਤੇ ਜਾਂ ਲੈਵਲ 4 ਤੋਂ ਅਬਵ ਜਿਹੜੀ ਹੈ ਉਹ ਰੈਲੀਵੈਂਟ ਕੁਆਲੀਫਿਕੇਸ਼ਨ ਹੈ। ਲੈਵਲ 4 ਟੂ ਲੈਵਲ 7 ਕੁਆਲੀਫਿਕੇਸ਼ਨ ਜਿਹੜੀ ਹੈ ਉਹ ਤੁਹਾਨੂੰ NZQA ਤੋਂ ਅਸੈਸ ਕਰਵਾਉਣੀ ਪਏਗੀ, ਤੁਹਾਡੇ ਕੋਲ ਬੈਚਲਰ ਲੈਵਲ 7 ਹੈ ਅਤੇ ਉਹ NZQA ਤੋਂ ਅਸੈਸ ਨਹੀਂ ਕਰਵਾਉਣੀ ਪਏਗੀ, ਅਤੇ ਉਹ ਕੋਈ ਵੀ ਕੁਆਲੀਫਿਕੇਸ਼ਨ ਹੋ ਸਕਦੀ ਹੈ ਚਾਹੇ ਰੈਲੀਵੈਂਟ ਹੋਏ ਨਾ ਹੋਏ। ਸਤਿ ਸ਼੍ਰੀ ਅਕਾਲ ਜੀ, ਸਾਡੇ ਨਾਲ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸੀ ਕੌਰ ਅਤੇ ਅੱਜ ਇੱਕ ਖਾਸ ਮਹਿਮਾਨ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ, ਸਾਡੇ ਨਾਲ ਜ਼ੀਨਤ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ ਨੇ, ਜਿਹੜੇ ਕਿ ਅੱਜ ਜਾਣਕਾਰੀਆਂ ਦੇਣਗੇ ਸਾਨੂੰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੁਝ ਨਵੀਆਂ ਅਪਡੇਟਸ ਦੀਆਂ। ਸਤਿ ਸ਼੍ਰੀ ਅਕਾਲ ਸੁਖਪ੍ਰੀਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹਾਂਜੀ ਠੀਕ ਠਾਕ ਜੀ। ਵੈਲਕਮ ਬੈਕ ਸਟੂਡੀਓ ਦੇ ਵਿੱਚ। ਥੈਂਕ ਯੂ ਜਸੀ, ਹਮੇਸ਼ਾ ਹੀ ਅਸੀਂ ਕੁਛ ਨਾ ਕੁਛ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਹਾਂ। ਸੋ ਅੱਜ ਸੁਖਪ੍ਰੀਤ ਜੀ ਤੋਂ ਜਾਣਦੇ ਹਾਂ ਕਿ ਪੁਰਾਣੀ ਜਿਹੜੀਆਂ ਪੋਲਿਸੀਜ਼ ਚੱਲ ਰਹੀਆਂ ਇਮੀਗ੍ਰੇਸ਼ਨ ਦੀਆਂ ਉਹਦੇ ਵਿੱਚ ਕੀ ਕੀ ਚੇਂਜਿਸ ਆਇਆ ਅਤੇ ਨਵਾਂ ਕੀ ਖਾਸ ਆਇਆ ਜਿਹੜਾ ਕਿ ਬੈਨੀਫਿਟ ਕਰੇਗਾ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਇਮੀਗ੍ਰੈਂਟਸ ਨੂੰ। ਸਭ ਤੋਂ ਪਹਿਲਾਂ ਆਪਾਂ ਇੰਪਲੋਇਰ ਐਕ੍ਰੀਡੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਕੋਈ ਚੇਂਜ ਜਾਂ ਕੋਈ ਨਵਾਂ ਬਦਲਾਵ? ਆਮ ਚੇਂਜਿਸ ਕੋਈ ਨਹੀਂ ਆਏ ਐਕਸੈਪਟ ਕਿ ਜਿਹੜੀ ਫਰੈਂਚਾਈਜ਼ ਐਕ੍ਰੈਡੀਟੇਸ਼ਨ ਹੈ ਉਹ ਖਤਮ ਹੋ ਗਈ ਹੈ, ਦੈਟ ਇਜ਼ ਅ ਪੋਜ਼ਿਟਿਵ ਚੇਂਜ ਬਿਕੋਜ਼ ਫਰੈਂਚਾਈਜ਼ ਰਿਕੁਆਇਰਮੈਂਟਸ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਸੀਗੀਆਂ, 24 ਮੰਥਸ ਦਾ ਜਿਹੜਾ ਹੈ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਸੀ ਐਜ਼ ਅ ਫਰੈਂਚਾਈਜ਼। ਸੋ ਫਰੈਂਚਾਈਜ਼ ਐਕ੍ਰੈਡੀਟੇਸ਼ਨ ਬੰਦ ਹੋ ਗਈ ਹੈ, ਉਹਦੀ ਜਗ੍ਹਾ 'ਤੇ ਤੁਸੀਂ ਸਟੈਂਡਰਡ ਹਾਈ ਵੋਲੀਊਮ ਜਾਂ ਥਰਡ ਪਾਰਟੀ ਐਕ੍ਰੈਡੀਟੇਸ਼ਨ ਹੁਣ ਕਰਵਾ ਸਕਦੇ ਹੋ। ਸੋ ਦੈਟਸ ਅ ਗੁੱਡ ਨਿਊਜ਼ ਫੋਰ ਫਰੈਂਚਾਈਜ਼ਿਜ਼ ਜੀ। ਅਦਰ ਥਿੰਗ ਇਜ਼ ਦੈਟ ਹੁਣ ਕਾਫੀ ਇੰਪਲੋਇਰਸ ਦੀ ਐਕ੍ਰੈਡੀਟੇਸ਼ਨ ਜਿਹੜੀ ਹੈ ਉਹ ਰਿਨਿਊ ਹੋਣ ਵਾਲੀ ਹੈ ਜੀ, ਉਹਦੇ 'ਚ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਇੰਪਲੋਇਰਸ ਨੂੰ ਮੀਟ ਕਰਨੀਆਂ ਪੈਣੀਆਂ, ਕਿਉਂਕਿ ਪਹਿਲੇ ਜਿਹੜੀ ਐਕ੍ਰੈਡੀਟੇਸ਼ਨ ਹੋਈ ਸੀ ਉਹ ਵਿਦਾਊਟ ਐਨੀ ਰਿਕੁਆਇਰਮੈਂਟ ਹੋਈ ਸੀਗੀ ਕਿ ਤੁਸੀਂ ਜਿਹੜਾ ਹੈ ਆਪਣੀ ਬਿਜ਼ਨਸ ਸਸਟੇਨੇਬਿਲਿਟੀ ਜਿਹੜੀ ਆ ਉਹ ਪ੍ਰੂਵ ਕਰਨੀ ਹੁੰਦੀ ਹੈ ਜੀ, ਬਟ ਹੁਣ ਜਿਹੜੀ ਐਕ੍ਰੈਡੀਟੇਸ਼ਨ ਰਿਨਿਊਅਲ ਹੋਣੀ ਹੈ ਜੋ ਇਮੀਗ੍ਰੇਸ਼ਨ ਨੇ ਕਿਹਾ ਸੀ ਤੁਸੀਂ ਐਕ੍ਰੈਡੀਟੇਸ਼ਨ ਦੇ ਪੀਰੀਅਡ ਦੇ ਵਿੱਚ ਤੁਸੀਂ ਕਰਨਾ ਹੈ, ਜਿਵੇਂ ਤੁਸੀਂ ਆਪਣੇ ਇੰਪਲੋਈਜ਼ ਨੂੰ ਟਾਈਮ ਦੇਣਾ ਹੈ ਨਿਊਜ਼ੀਲੈਂਡ ਇੰਪਲੋਇਮੈਂਟ ਮੋਡਿਊਲਸ ਜਿਹੜੇ ਹੈ ਉਹ ਕਰਨ ਲਈ,
ਉਸ ਤੋਂ ਬਾਅਦ ਇੰਪਲੋਇਰ ਨੇ ਮੋਡਿਊਲ ਕਰਨੇ ਸੀ ਨਿਊਜ਼ੀਲੈਂਡ ਇੰਪਲੋਇਮੈਂਟ ਮੋਡਿਊਲ ਜੀ, ਉਸ ਤੋਂ ਬਾਅਦ ਜਿਹੜੀ ਹੈ ਸਟਾਫ ਨੂੰ ਇੰਡਕਸ਼ਨ ਜਿਹੜੀ ਹੈ ਸੈਟਲਮੈਂਟ ਸਪੋਰਟ ਸਰਵਿਸਿਸ ਪ੍ਰੋਵਾਈਡ ਕਰਨੀਆਂ ਸੀਗੀਆਂ, ਉਹ ਰਿਕੁਆਇਰਮੈਂਟਸ ਇਮੀਗ੍ਰੇਸ਼ਨ ਨੇ ਹੁਣ ਚੈੱਕ ਕਰਨੀਆਂ ਕਿ ਤੁਸੀਂ ਇਹ ਕੀਤੇ ਹੈ ਕਿ ਨਹੀਂ, ਜਿਵੇਂ ਸੈਟਲਮੈਂਟ ਸਪੋਰਟ ਪ੍ਰੋਵਾਈਡ ਕੀਤੀ ਹੈ, ਇੰਪਲੋਈਜ਼ ਨੂੰ ਤੁਸੀਂ ਪੇਡ ਟਾਈਮ ਦਿੱਤਾ ਹੈ, ਨਿਊਜ਼ੀਲੈਂਡ ਇੰਪਲੋਇਮੈਂਟ ਮੋਡਿਊਲਸ ਕੰਪਲੀਟ ਕਰਨ ਲਈ ਤੁਸੀਂ ਖੁਦ ਐਜ ਐਨ ਇੰਪਲੋਇਰ ਕੀਤੇ ਨੇ ਕੰਪਲੀਟ, ਸੋ ਉਹ ਚੈੱਕ ਕਰਨਗੇ ਰਿਕੁਆਇਰਮੈਂਟਸ, ਜੇ ਕਿਸੇ ਇੰਪਲੋਇਰ ਨੇ, ਬਿਕੋਜ਼ ਜਿਹੜੇ ਨਿਊਜ਼ੀਲੈਂਡ ਇੰਪਲੋਇਮੈਂਟ ਮੋਡਿਊਲਸ ਨੇ ਉਹ 1 ਮਹੀਨੇ ਦੇ ਵਿੱਚ ਕੰਪਲੀਟ ਹੋਣੇ ਚਾਹੀਦੇ ਆ ਜਦੋਂ ਇੰਪਲੋਈ ਜੁਆਇਨ ਕਰਦਾ ਹੈ ਜੀ, ਉਹ ਜੇ ਹੁਣ ਤੁਹਾਡਾ ਟਾਈਮ ਪੀਰੀਅਡ ਨਿਕਲ ਗਿਆ ਅਤੇ ਹੁਣ ਤੁਸੀਂ ਐਕਰੈਡੀਟੇਸ਼ਨ ਰਿਨਿਊਅਲ ਕਰਵਾਉਣੀ ਹੈ, ਤੁਹਾਨੂੰ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨਾ ਪਏਗਾ ਕਿਉਂ ਨਹੀਂ ਹੋਏ ਸੀਗੇ, ਐਕਸਪਲੇਨੇਸ਼ਨ ਦੇਣੀ ਪਏਗੀ, ਜਾਂ ਫਿਰ ਤੁਹਾਨੂੰ ਐਕਸਪਲੇਨੇਸ਼ਨ ਪਲੱਸ ਉਹਦੇ 'ਚ ਤੁਹਾਨੂੰ ਇਨਫੋਰਮੇਸ਼ਨ ਦੇਣੀ ਪਏਗੀ ਇਮੀਗ੍ਰੇਸ਼ਨ ਨੂੰ ਕਿ ਕਿਹੜੀਆਂ ਪੋਲਿਸੀਜ਼ ਤੁਸੀਂ ਡਿਵੈਲਪ ਕੀਤੀਆਂ ਜਿਹਦੇ ਵਿੱਚ ਕਿ ਤੁਸੀਂ ਇਨਸ਼ੋਰ ਕਰ ਰਹੇ ਹੋ, ਜਿਹਦੇ ਥਰੂ ਇਨਸ਼ੋਰ ਕਰ ਰਹੇ ਹੋ ਕਿ ਇਹ ਅੱਗੇ ਤੋਂ ਫਿਊਚਰ ਦੇ ਵਿੱਚ ਇਹ ਸੇਮ ਚੀਜ਼ ਨਾ ਹੋਏ। ਜੀ ਜੀ ਜੀ, ਤੁਹਾਡੇ ਜਿਹੜੀਆਂ ਰਿਕੁਆਇਰਮੈਂਟਸ ਉਹ ਮੀਟ ਹੋ ਰਹੀਆਂ ਨੇ ਕਿ ਨਹੀਂ, ਜੇ ਇੰਪਲੋਇਰਸ ਨਹੀਂ ਕਰ ਸਕੇ ਉਹ ਚੀਜ਼ਾਂ ਸੈਟਲਮੈਂਟ ਸਪੋਰਟ ਸਰਵਿਸਿਜ਼ ਜਾਂ ਨਿਊਜ਼ੀਲੈਂਡ ਇੰਪਲੋਇਮੈਂਟ ਮੋਡਿਊਲਸ ਇੰਪਲੋਈ ਜਾਂ ਇੰਪਲੋਇਰ ਨੇ ਨਹੀਂ ਕੰਪਲੀਟ ਕੀਤੇ, ਉਹਨਾਂ ਨੂੰ ਐਕਸਪਲੇਨੇਸ਼ਨ ਦੇਣੀ ਪਏਗੀ ਅਤੇ ਨਾਲ ਫਿਊਚਰ ਪੋਲਿਸੀਜ਼ ਜਿਹੜੀਆਂ ਉਹ ਦੱਸਣੀਆਂ ਪੈਣਗੀਆਂ ਕਿ ਕਿੱਦਾਂ ਇਨਸ਼ੋਰ ਕਰਾਂਗੇ ਕਿ ਇਹ ਇੱਦਾਂ ਨਾ ਹੋਏ। ਜੀ ਜੀ, ਅਤੇ ਇਹ ਤਾਂ ਇੰਪਲੋਇਰ ਦੀ ਗੱਲ ਹੈ, ਜੇ ਆਪਾਂ ਲੈਵਲ 4-5 ਦੀ ਜਿਹੜੀ ਆਪਾਂ ਗੱਲ ਕਰੀ, ਜਿਹੜੀ ਪਹਿਲਾਂ ਚੇਂਜਿਸ ਆਏ ਸੀਗੇ, ਕੁਝ ਇੰਗਲਿਸ਼ ਰਿਕੁਆਇਰਮੈਂਟ ਦੱਸੀ ਗਈ ਸੀਗੀ, ਹੋਰ ਕੋਈ ਖਾਸ ਚੇਂਜਿਸ ਆਇਆ ਜਾਂ ਫਿਰ ਉਹਦੇ ਵਿੱਚ ਹੀ ਕੁਛ ਨਵੇਂ ਬਦਲਾਵ ਕੀਤੇ ਗਏ ਹੋਣ? ਚੇਂਜ ਤਾਂ ਨਹੀਂ ਆਇਆ ਉਹਦੇ 'ਚ ਕੋਈ, ਸੇਮ ਹੈ ਕਿ ਤੁਸੀਂ ਸਕਿੱਲ ਲੈਵਲ 4, ਚਾਹੇ ਤੁਸੀਂ ਸਕਿੱਲ ਲੈਵਲ 4-5 ਦੇ ਵਿੱਚ ਜੋਬ ਅਪਲਾਈ ਕਰ ਰਹੇ ਹੋ, ਤੁਹਾਨੂੰ ਇਹ ਇਸਟੈਬਲਿਸ਼ ਕਰਨਾ ਪਏਗਾ ਕਿ ਜਾਂ ਤੁਹਾਡੇ ਕੋਲ 3 ਸਾਲ ਦਾ ਰੈਲੇਵੈਂਟ ਐਕਸਪੀਰੀਅੰਸ ਹੈ ਅਤੇ ਜਾਂ ਲੈਵਲ 4 ਤੋਂ ਅਬਵ ਜਿਹੜੀ ਹੈ ਉਹ ਰੈਲੇਵੈਂਟ ਕੁਆਲੀਫਿਕੇਸ਼ਨ ਹੈ। ਲੈਵਲ 4-7 ਕੁਆਲੀਫਿਕੇਸ਼ਨ ਜਿਹੜੀ ਹੈ ਉਹ ਤੁਹਾਨੂੰ NZQA ਤੋਂ ਅਸੈਸ ਕਰਾਉਣੀ ਪਏਗੀ, ਤੁਹਾਡੇ ਕੋਲ ਬੈਚਲਰ ਲੈਵਲ 7 ਹੈ ਅਤੇ ਉਹ NZQA ਤੋਂ ਅਸੈਸ ਨਹੀਂ ਕਰਵਾਉਣੀ ਪਏਗੀ, ਅਤੇ ਉਹ ਕੋਈ ਵੀ ਕੁਆਲੀਫਿਕੇਸ਼ਨ ਹੋ ਸਕਦੀ ਹੈ ਚਾਹੇ ਰੈਲੇਵੈਂਟ ਹੋਏ ਨਾ ਹੋਏ, ਅਤੇ ਇੰਗਲਿਸ਼ ਲੈਂਗੁਏਜ ਜਿਹੜਾ ਹੈ ਉਹ ਆਇਲ ਸਕੋਰ 4 ਚਾਹੀਦਾ ਜੀ। ਸੋ ਉਹ ਰਿਕੁਆਇਰਮੈਂਟਸ ਤਾਂ ਸੇਮ ਹੀ ਨੇ ਜੀ, ਬਟ ਪ੍ਰੋਬਲਮ ਇੱਕ ਇਹ ਹੈ ਕਿ ਜਿਹੜੇ ਮਾਈਗ੍ਰੈਂਟਸ ਮੰਨ ਲਓ 2 ਸਾਲ ਦੇ ਵੀਜ਼ਾ 'ਤੇ ਆਏ ਸੀਗੇ, ਉਹਨਾਂ ਨੂੰ 2 ਸਾਲ ਹੋ ਗਏ ਇੱਥੇ ਲੋਅਰ ਸਕਿੱਲ ਦੇ ਵਿੱਚ, ਉਹ ਅੱਗੇ 1 ਸਾਲ ਦਾ ਵੀਜ਼ਾ ਐਕਸਟੈਂਡ ਕਰ ਸਕਦੇ ਨੇ, ਪਰ ਜਿਹੜੀਆਂ ਰਿਕੁਆਇਰਮੈਂਟਸ ਨੇ ਕਿ ਜਾਂ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਏ ਜਾਂ ਲੈਵਲ 4-7 ਰੈਲੇਵੈਂਟ ਕੁਆਲੀਫਿਕੇਸ਼ਨ ਹੋਏ, ਕਈ ਮਾਈਗ੍ਰੈਂਟਸ ਜਿਹੜੇ ਉਹ ਮੀਟ ਨਹੀਂ ਕਰ ਰਹੇ, ਜਾਂ ਜਿੰਨਾ ਜਿਹੜੇ ਜੋਬ ਕਰ ਰਹੇ ਨੇ ਆਲਰੇਡੀ, ਚਾਹੇ ਲੋਅਰ ਸਕਿੱਲ 'ਚ ਜੋਬ ਕਰ ਰਹੇ ਨੇ ਓਪਨ ਵਰਕ ਵੀਜ਼ਾ 'ਤੇ ਨੇ, ਉਹ ਅੱਗੇ ਕ੍ਰੈਡਿਟਡ ਇੰਪਲੋਇਰ ਪਾਉਣਾ ਚਾਹੁੰਦੇ ਨੇ, ਉਹ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ। ਕਈ ਹੈਲਥ ਕੇਅਰ ਦੇ ਵਿੱਚ ਨੇ, ਜਿਵੇਂ ਜਿਨ੍ਹਾਂ ਦੀ ਪੇ 28.25 ਤੋਂ ਬਿਲੋ ਹੈ, ਪਹਿਲੇ ਲੈਵਲ 3 ਦੇ ਵਿੱਚ ਤੁਹਾਨੂੰ ਜਿਹੜਾ ਜੇ ਤੁਸੀਂ ਲੈਵਲ 3 ਕੀਤਾ ਹੈ ਹੈਲਥ ਕੇਅਰ ਦਾ, ਜਾਂ ਲੈਵਲ 4 ਤੋਂ ਲੋਅਰ ਲੈਵਲ ਹੈਗਾ ਤੁਹਾਡੇ ਕੋਲ, ਅਤੇ ਤੁਹਾਨੂੰ ਜਿਹੜਾ ਹੈ ਉਹ ਵੀਜ਼ਾ ਮਿਲ ਜਾਂਦਾ ਸੀ, ਹੁਣ ਉਹਦੇ 'ਚ ਵੀ 3 ਈਅਰਸ ਦੀ ਰਿਕੁਆਇਰਮੈਂਟ ਹੈ। ਓਕੇ, ਅਤੇ ਉਹ ਕਈ ਜਿਹੜੇ ਹੈਲਥ ਕੇਅਰ ਦੇ ਵਿੱਚ ਐਗਜ਼ਿਸਟਿੰਗ ਕੰਮ ਕਰ ਰਹੇ ਨੇ ਉਹ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ। ਸੋ ਉਹਨਾਂ ਕੋਲ ਆਪਸ਼ਨ ਕੀ ਆ ਫਿਰ, ਜੇ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ ਹੋ, ਫਿਰ ਅੱਗੇ ਕੀ ਆਪਸ਼ਨ ਕੀ ਕਰ ਸਕਦੇ ਨੇ ਉਹ? ਆਪਸ਼ਨ ਤਾਂ ਟੂ ਬੀ ਓਨੈਸਟ ਲਿਮਿਟਿਡ ਆਪਸ਼ਨਸ ਅਵੇਲੇਬਲ ਨੇ, ਅਨਲੈਸ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਕੋਈ ਪੋਲਿਸੀ 'ਚ ਚੇਂਜ ਲੈ ਜਿਹੜੀ ਕਿ ਨਹੀਂ ਨੀਅਰ ਫਿਊਚਰ ਦੇ ਵਿੱਚ
ਆਈ ਡੋਂਟ ਸੀ ਕਿ ਵੀ ਚੇਂਜ ਆਏਗਾ ਜੀ। ਬਾਕੀ ਜਿਹੜਾ ਇਹ ਹੈ ਕਿ ਤੁਸੀਂ ਉਹ ਆਪਣੀਆਂ ਸਕਿੱਲਸ ਇੰਪਰੂਵ ਕਰ ਸਕਦੇ ਨੇ, ਜਿਵੇਂ ਹੈਲਥ ਕੇਅਰ ਵਾਲੇ ਜਿਹੜੇ ਜਿਨ੍ਹਾਂ ਨੇ ਲੈਵਲ 4 ਅਜੇ ਨਹੀਂ ਕੀਤਾ ਉਹ ਲੈਵਲ 4 ਕਰਕੇ ਅੱਗੇ ਆਪਣਾ ਵਰਕ ਵੀਜ਼ਾ ਤਾਂ ਦੇਖ ਸਕਦੇ ਨੇ। ਬਿਲਕੁਲ, ਅੱਗੇ ਐਜੂਕੇਸ਼ਨ ਜਾਂ ਕੋਈ ਸਕਿੱਲ ਇੰਪਰੂਵਮੈਂਟ 'ਤੇ ਉਹਦੇ 'ਤੇ ਵਰਕ ਕਰ ਸਕਦੇ ਨੇ। ਬਟ ਟੂ ਬੀ ਓਨੈਸਟ, ਜਿਵੇਂ ਹੁਣ ਕਈ ਆਏ ਸੀ ਰਿਕਵਰੀ ਵੀਜ਼ਾ 'ਤੇ ਮਾਈਗ੍ਰੈਂਟਸ, ਹਾਂਜੀ, ਉਹ ਹੁਣ ਜੇ ਅਕ੍ਰੈਡਿਟਿਡ ਇੰਪਲੋਇਰ ਵਰਕ ਵੀਜ਼ਾ ਪਾਉਣ ਉਹ ਨਹੀਂ ਪਾ ਸਕਦੇ, ਵੀ ਕਾਫੀ ਨਹੀਂ ਪਾ ਸਕਦੇ, ਮਤਲਬ ਨੋਟ ਆਲ, ਬਟ ਜੇ ਤੁਹਾਡੇ ਕੋਲ ਜਾਂ 3 ਸਾਲ ਦਾ ਵਰਕ ਐਕਸਪੀਰੀਅੰਸ ਜਾਂ ਲੈਵਲ 4 ਟੂ ਲੈਵਲ 7 ਰੈਲੇਵੈਂਟ ਕੁਆਲੀਫਿਕੇਸ਼ਨ, ਲੈਵਲ 4 ਔਰ ਅਬਵ ਰੈਲੇਵੈਂਟ ਕੁਆਲੀਫਿਕੇਸ਼ਨ ਨਹੀਂ ਹੈਗੀ, ਤੁਸੀਂ ਵਰਕ ਵੀਜ਼ਾ ਨਹੀਂ ਅੱਗੇ ਪਾ ਸਕਦੇ। ਅਤੇ ਉਸ ਤੋਂ ਬਾਅਦ ਜਿਹੜੇ ਮਾਈਗ੍ਰੈਂਟ ਪ੍ਰੋਟੈਕਸ਼ਨ ਜਿਹੜੇ ਐਕਸਪਲੋਇਟੇਸ਼ਨ ਵੀਜ਼ਾ ਵਾਲੇ ਸੀਗੇ ਉਹ ਹੁਣ ਉਹ ਵੀ ਨਹੀਂ, ਕਈ ਜਿਹੜੇ ਹੈਗੇ ਨੇ ਜੇ ਤਾਂ ਉਹਨਾਂ ਦਾ ਵੀਜ਼ਾ ਉਹੀ ਚੱਲਦਾ ਰਹਿੰਦਾ 3 ਸਾਲ ਦਾ ਜਾਂ 5 ਸਾਲ ਦਾ ਚੱਲਦਾ ਰਹਿਣਾ ਸੀਗਾ, ਬਟ ਅਫਕੋਰਸ ਉਹਨਾਂ ਨੂੰ ਪ੍ਰੋਬਲਮ ਹੋਈ ਇੰਪਲੋਇਰ ਦੇ ਨਾਲ, ਇੰਪਲੋਇਰ ਜਿਵੇਂ ਅਫਕੋਰਸ ਐਕਸਪਲੋਇਟੇਸ਼ਨ ਐਂਡ ਯੂ ਨੋ ਮਾਈਗ੍ਰੈਂਟਸ ਦੀ ਐਕਸਪਲੋਇਟੇਸ਼ਨ ਹੋਈ, ਉਹਦੀ ਵਜ੍ਹਾ ਨਾਲ ਉਹਨਾਂ ਨੇ ਉਹ ਮਾਈਗ੍ਰੈਂਟ ਪ੍ਰੋਟੈਕਸ਼ਨ ਅਤੇ ਐਕਸਪਲੋਇਟੇਸ਼ਨ ਵੀਜ਼ਾ ਪਾਇਆ। ਹੁਣ ਉਹ ਅੱਗੇ ਫਰਦਰ ਜਿਹੜਾ ਵੀਜ਼ਾ ਹੈ ਉਹ ਨਹੀਂ ਪਾ ਸਕਦੇ, ਬਿਕੋਜ਼ ਮਤਲਬ ਉਹ ਨਹੀਂ ਪਾ ਸਕਦੇ ਜਿਨ੍ਹਾਂ ਕੋਲ 3 ਸਾਲ ਦਾ ਵਰਕ ਐਕਸਪੀਰੀਅੰਸ ਜਾਂ ਲੈਵਲ 4 ਦੀ ਕੁਆਲੀਫਿਕੇਸ਼ਨ ਹੈ। ਜੀ ਜੀ ਜੀ, ਸੋ ਆਪਸ਼ਨਸ ਲਿਮਿਟਿਡ ਨੇ, ਲਿਮਿਟਿਡ ਨੇ, ਪਰ ਉਹ ਸਟੱਡੀ ਲੈ ਸਕਦੇ ਜੇ ਉਹ ਕਹਿਣ ਕਿ ਅਸੀਂ ਇਸ ਵੀਜ਼ਾ ਤੇ ਸੀਗੇ ਸੀ ਜਿਹੜਾ ਵੀ ਐਕਸਪਲੋਇਟੇਸ਼ਨ ਵਾਲਾ ਆ, ਹਨਾ, ਹਾਂਜੀ, ਉਸ ਤੋਂ ਬਾਅਦ ਉਹ ਸਟੱਡੀ ਲੈ ਸਕਦੇ ਜਸਟ ਟੂ ਕਿ ਉਹ ਸਟੇ ਕਰ ਸਕਣ, ਨਿਊਜ਼ੀਲੈਂਡ 'ਚ ਰਹਿ ਸਕਦੇ ਨੇ, ਹਨਾ। ਹਾਂਜੀ, ਅਫਕੋਰਸ ਸਟੱਡੀ ਸਟੂਡੈਂਟ ਵੀਜ਼ਾ ਦਾ ਮੇਨ ਪਰਪਸ ਤੇ ਅਫਕੋਰਸ ਇਹੀ ਹੈ ਕਿ ਵੀ ਤੁਸੀਂ ਆਪਣੀ ਸਕਿੱਲਸ ਇੰਪਰੂਵ ਕਰਨੀ ਹੈ, ਤੁਸੀਂ ਕੁਆਲੀਫਿਕੇਸ਼ਨ ਲੈਣੀ ਹੈ ਰੈਲੇਵੈਂਟ, ਜੀ, ਉਹ ਕਰ ਸਕਦੇ ਨੇ। ਜਿਹੜੇ ਐਪਲੀਕੈਂਟਸ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਕਿਸੇ ਕੋਰਸ 'ਚ ਐਡਮਿਸ਼ਨ ਲੈਣ ਲਈ, ਜੀ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਮੀਟ ਕਰਨ ਦੀ ਪ੍ਰੋਬਲਮ ਹੁੰਦੀ ਹੈ, ਉਹ ਜਿਹੜਾ ਹੈ NZCEL ਇੰਗਲਿਸ਼ ਲੈਂਗੁਏਜ ਵਾਲਾ ਕੋਰਸ ਲੈ ਕੇ ਅੱਗੇ ਕਰ ਸਕਦੇ ਨੇ। ਬਟ ਉਹਦੇ 'ਚ ਵੀ ਕਾਲਜਿਸ ਟੈਸਟ ਲੈਂਦੇ ਨੇ ਅਤੇ ਥੋੜ੍ਹੀ ਬਹੁਤ ਮਤਲਬ ਆਉਣੀ ਚਾਹੀਦੀ ਹੈ ਇੰਗਲਿਸ਼, ਅਤੇ ਅੱਗੇ ਉਹ ਆਪਣਾ ਸਟੂਡੈਂਟ ਵੀਜ਼ਾ ਪਾ ਸਕਦੇ ਨੇ ਜੇ ਉਹ ਆਪਣੀ ਸਕਿੱਲਸ ਇੰਪਰੂਵ ਕਰਨੀ ਹੈ। ਸੋ ਮਤਲਬ ਉਹ ਜਿਹੜਾ ਟੈਸਟ ਆ ਉਹ IELTS ਜਾਂ PTE ਦੇ ਨੂੰ ਸੇਮ ਆ, ਰਿਪਲੇਸ ਕਰ ਲੈਂਦਾ, ਰਿਪਲੇਸ ਕਰ ਲੈਂਦਾ, ਬਟ ਦੈਟ ਇਜ਼ ਓਨਲੀ ਯੂਜ਼ਡ ਫਾਰ ਸਟੂਡੈਂਟ ਵੀਜ਼ਾ, ਸਟੂਡੈਂਟ ਵੀਜ਼ਾ, ਉਹ ਜਿਹੜਾ ਹੈ ਉਹ ਯੂਜ਼ ਨਹੀਂ ਹੋਏਗਾ ਰੈਜ਼ੀਡੈਂਸ 'ਚ ਜਾਂ ਵਰਕ ਵੀਜ਼ਾ ਦੇ ਵਿੱਚ, ਉਹ ਨਹੀਂ ਯੂਜ਼ ਹੁੰਦਾ, ਉਹ ਸਿਰਫ NZCEL ਜਿਹੜਾ ਹੈ ਉਹ ਤੁਸੀਂ ਸਟੂਡੈਂਟ ਵੀਜ਼ਾ ਵਾਸਤੇ ਯੂਜ਼ ਕਰ ਸਕਦੇ ਹੋ ਕੋਰਸ ਜਿਹੜਾ ਹੈ। ਜੀ, ਠੀਕ ਹੈ, ਅਤੇ ਆਪਾਂ ਸਟੂਡੈਂਟ ਵੀਜ਼ਾ ਦੀ ਨਾਲ ਹੀ ਗੱਲ ਕਰ ਲੈਂਦੇ ਹਾਂ, ਹਨਾ, ਸਟੂਡੈਂਟ ਵੀਜ਼ਾ ਦੇ ਪਹਿਲਾਂ ਕੁਛ ਕੁ ਮਹੀਨੇ ਬਹੁਤ ਬੁਰੇ ਹਾਲਾਤ ਰਹੇ ਆ। ਹਾਂਜੀ, ਰੀਸੈਂਟਲੀ ਅੱਜ ਹੀ ਮੈਂ ਜਿਹੜੇ ਕੁਛ ਅੰਕੜੇ ਦੇਖੇ ਸੀਗੇ ਕਿ ਸਭ ਤੋਂ ਵੱਧ ਇੰਡੀਆ ਦੇ ਸਟੂਡੈਂਟ ਨੂੰ ਡਿਕਲਾਈਨ ਕੀਤਾ ਗਿਆ, ਡਿਕਲਾਈਨ ਰੇਟ ਬਹੁਤ ਜ਼ਿਆਦਾ ਆ ਜੇ ਆਪਾਂ ਕੰਪੇਅਰ ਕਰੀਏ ਪਿਛਲੇ ਸਾਲਾਂ ਨਾਲ, ਕੁਛ ਇੰਪਰੂਵਮੈਂਟ ਆਈ ਆ ਹੁਣ ਤੱਕ? ਜਿਹੜੇ ਤੇ ਲੈਵਲ 8-9 ਕੋਰਸ ਨੇ ਜਾਂ ਜਿਹੜੇ ਕੋਰਸ ਜਿਹੜੇ ਗ੍ਰੀਨ ਲਿਸਟ ਦੇ ਵਿੱਚ ਨੇ ਉਹਨਾਂ ਵਿੱਚ ਤੇ ਅੱਛਾ ਹੈ, ਬਟ ਜਿਹੜੇ ਲੋਅਰ ਲੈਵਲ ਦੇ ਕੋਰਸ ਨੇ ਲੈਵਲ 4-5-6 ਜੀ, ਉਹ ਕੋਰਸਿਸ ਦਾ ਜਿਹੜਾ ਹੈ ਇਮੀਗ੍ਰੇਸ਼ਨ ਦਾ ਬਹੁਤ ਹੀ ਨੈਗੇਟਿਵ ਐਟੀਟਿਊਡ ਹੈ ਜੀ। ਜਿਵੇਂ ਐਡਵਾਈਜ਼ਰਸ ਕੰਪਲੇਨ ਕਰਦੇ ਨੇ ਕਿ ਸੇਮ ਸਟੈਂਡਰਡ ਟੈਂਪਲੇਟ ਆ ਜਾਂਦਾ ਹੈ ਕਿ ਬੋਨਾਫਾਈਡ ਰਿਕੁਆਇਰਮੈਂਟ ਨਹੀਂ ਮੀਟ ਕਰਦੇ, ਉਹਦੇ 'ਚ ਕੇਸ ਅਸੈਸਮੈਂਟ ਵੀ ਨਹੀਂ ਚੰਗੀ ਤਰ੍ਹਾਂ ਹੁੰਦੀ ਜਾਂ ਪ੍ਰੋਪਰ ਰੀਜ਼ਨ ਵੀ ਨਹੀਂ ਮਿਲਦੇ। ਸੋ ਹੋਪਫੁਲੀ ਜਿਹੜੇ ਆ ਇਮੀਗ੍ਰੇਸ਼ਨ ਇਹ ਰਿਅਲਾਈਜ਼ ਕਰੇਗੀ ਕਿ ਸਟੂਡੈਂਟਸ ਇਜ਼ ਅਫਕੋਰਸ ਇੰਪੋਰਟੈਂਟ ਪਾਰਟ ਆਫ ਇੰਟਰਨੈਸ਼ਨਲ ਸਟੂਡੈਂਟਸ ਇਜ਼ ਇੰਪੋਰਟੈਂਟ ਆਰ ਇੰਪੋਰਟੈਂਟ ਪਾਰਟ ਆਫ ਇਕੋਨਮੀ, ਅਤੇ ਉਹ ਜਿਹੜਾ ਹੈ ਅੱਗੇ ਕੁਛ ਚੇਂਜਿਸ ਲਿਆਉਣਗੇ, ਬਟ ਇਸ ਟਾਈਮ 'ਤੇ
ਮਤਲਬ ਐਟੀਟਿਊਡ ਜਿਹੜਾ ਨੈਗੇਟਿਵ ਹੈ ਲੋਅਰ ਲੈਵਲ ਕੋਰਸਿਸ ਵਾਸਤੇ, ਬਿਕਾਜ਼ ਕਾਲਜਸ ਤੇ ਯੂਨੀਵਰਸਿਟੀਜ਼ ਵੀ ਇੱਥੇ ਸਫਰ ਕਰ ਰਹੇ ਆ, ਬਿਕਾਜ਼ ਸਟੂਡੈਂਟ ਨਹੀਂ ਆ ਰਹੇ, ਉਹਨਾਂ ਤੋਂ ਉਹਨਾਂ ਨੂੰ ਕਮਾਈ ਹੋਣੀ ਆ ਤੇ ਉਹੀ ਨਹੀਂ ਬੁਲਾਇਆ ਜਾ ਰਿਹਾ ਨਾ, ਤੇ ਸਟੂਡੈਂਟਸ ਦੀ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ, ਜੇ ਕਿਸੇ ਦਾ ਡਿਕਲਾਈਨ ਵੀ ਹੋ ਜਾਂਦਾ ਦੁਬਾਰਾ ਤਾਂ ਉਹ ਅਪੀਲ ਕਰ ਸਕਦਾ ਕੋਈ? ਤੁਹਾਨੂੰ ਲੱਗਦਾ ਕੋਈ ਉਹਦਾ ਪੋਜ਼ਿਟਿਵ ਇਫੈਕਟ ਹੋਏਗਾ? ਜੇ ਤਾਂ ਕੋਈ ਔਨਸ਼ੋਰ ਹੈ ਉਹ ਰੀਕਨਸੀਡਰੇਸ਼ਨ ਪਾ ਸਕਦੇ ਨੇ, ਜੇ ਕੋਈ ਔਫਸ਼ੋਰ ਹੈ ਉਹਨਾਂ ਨੂੰ ਨਵਾਂ ਵੀਜ਼ਾ ਪਾਉਣਾ ਪੈਂਦਾ ਹੈ। ਓਕੇ, ਬਟ ਇਹ ਹੈ ਕਿ ਇਮੀਗ੍ਰੇਸ਼ਨ ਇਹ ਚੀਜ਼ ਨਹੀਂ ਰਿਅਲਾਈਜ਼ ਕਰ ਰਹੀ, ਇਹ ਚੀਜ਼ ਨਹੀਂ ਐਕਨੋਲੇਜ ਕਰ ਰਹੀ, ਬਟ ਮੇ ਬੀ ਐਕਨੋਲੇਜ ਕਰ ਰਹੇ ਨੇ ਕਿ ਕਾਲਜਿਸ ਦੇ ਐਡਵਾਈਜ਼ਰਸ ਦੇ ਕਿੰਨਾ ਐਡਮਿਨ ਕਿੰਨਾ ਐਫਰਟ ਜਾਂਦਾ ਹਰ ਇੱਕ ਐਪਲੀਕੇਸ਼ਨ ਦੇ ਵਿੱਚ ਨਾ, ਇਮੀਗ੍ਰੇਸ਼ਨ ਨੂੰ ਅਸੀਂ ਬੰਦ ਕਰ ਰਹੇ ਹਾਂ, ਹਾਂਜੀ, ਜਸਟ ਗਿਵਿੰਗ ਸਟੈਂਡਰਡ ਟੈਂਪਲੇਟ ਟੂ ਦਾ ਸਟੂਡੈਂਟ। ਹਾਂ, ਸੋ ਇਹ ਸਹੀ ਹੈ ਕਿਉਂਕਿ ਬਹੁਤ ਲੋਕ ਉਮੀਦ ਲਾ ਕੇ ਸਟੂਡੈਂਟ ਵੀਜ਼ਾ ਲਾਉਂਦੇ ਕਿ ਅਸੀਂ ਲਾਈਏ ਲਾਈਏ ਨਾ, ਅਤੇ ਉਸ ਤੋਂ ਬਾਅਦ ਡਿਕਲਾਈਨ ਹੋ ਜਾਵੇ ਅਚਾਨਕ ਬਿਨਾਂ ਕਿਸੇ ਰੀਜ਼ਨ ਦੇ, ਅਤੇ ਫਿਰ ਦੁੱਖ ਤਾਂ ਹੁੰਦਾ ਹੀ ਆ। ਸੋ ਜਿਹੜੇ ਵੀ ਤੁਸੀਂ, ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਤਾਂ ਤੁਸੀਂ ਜ਼ਿਨਤ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ ਦੇ ਨਾਲ ਕੋਂਟੈਕਟ ਕਰ ਸਕਦੇ ਹਾਂ। ਅੱਛਾ ਸੁਖਪ੍ਰੀਤ, ਨੈਕਸਟ ਜਿਹੜੀ ਆਪਾਂ ਗੱਲ, ਜਿਹੜੀ ਅਸਾਇਲਮ ਸੀਕਰ ਹੁੰਦੇ ਆ ਨਾ, ਰਿਫਿਊਜੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਦੇ ਲਈ ਕੀ ਆਪਸ਼ਨਸ ਆ, ਕੀ ਚੱਲ ਰਿਹਾ ਹੁਣ? ਤੁਸੀਂ ਪ੍ਰੋਟੈਕਟਿਡ ਪਰਸਨ ਔਰ ਰੈਫਿਊਜੀ ਕਲੇਮ ਜਿਹੜਾ ਹੈ, ਰੈਫਿਊਜੀ ਔਰ ਪ੍ਰੋਟੈਕਟਿਡ ਪਰਸਨ ਕਲੇਮ ਜਿਹੜਾ ਹੈ ਉਹ ਪਾ ਸਕਦੇ ਹੋ ਇਫ ਯੂ ਫੀਲ ਲਾਈਕ ਕਿ ਯੂ ਆਰ ਇਨ ਡੇਂਜਰ ਇਨ ਯੋਰ ਹੋਮ ਕੰਟਰੀ। ਓਕੇ, ਉਹ ਅਸਾਇਲਮ ਸੀਕਰ ਉਹਨਾਂ ਨੂੰ ਕਹਿ ਦਿੰਦੇ ਨੇ, ਅਤੇ ਉਹ ਤੁਸੀਂ ਕਲੇਮ ਪਾ ਕੇ ਯੂ ਕੈਨ ਗੈਟ ਅ ਵਰਕ ਵੀਜ਼ਾ, ਨਿਊਜ਼ੀਲੈਂਡ 'ਚ ਹੈਲਥ ਕੇਅਰ ਵੀ ਲੈ ਸਕਦੇ ਹੋ ਤੁਸੀਂ ਜਦੋਂ ਤੱਕ ਤੁਹਾਡਾ ਕਲੇਮ ਇਨ ਪ੍ਰੋਸੈਸ ਹੈ। ਬਟ ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਜਦੋਂ ਤੁਸੀਂ ਅਸਾਇਲਮ ਸੀਕਰ ਕਲੇਮ ਪਾਉਂਦੇ ਹੋ, ਯੂ ਆਰ ਅ ਕਲੇਮੈਂਟ ਐਜ ਅਸਾਇਲਮ ਸੀਕਰ, ਉਹਦੇ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਆਪਣੀ ਹੋਮ ਕੰਟਰੀ ਰਿਟਰਨ ਨਹੀਂ ਕਰ ਸਕਦੇ, ਤੁਹਾਨੂੰ ਉੱਥੇ ਖਤਰਾ ਖਤਰਾ। ਉਸ ਤੋਂ ਬਾਅਦ ਕਲੇਮ ਪਾਉਣਾ ਠੀਕ ਹੈ, ਪੈ ਜਾਂਦਾ ਹੈ, ਬਟ ਉਸ ਤੋਂ ਬਾਅਦ ਤੁਹਾਨੂੰ ਐਵੀਡੈਂਸ ਪ੍ਰੂਫ ਕਰਨਾ ਪੈਂਦਾ ਹੈ, ਜਦੋਂ ਤੁਹਾਡੀ ਪ੍ਰੋਸੈਸਿੰਗ ਹੁੰਦੀ ਹੈ, ਜਦੋਂ ਤੁਹਾਡੀ ਇੰਟਰਵਿਊ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਤੁਸੀਂ ਕਲੇਮ ਫੋਰਮ ਭਰਦੇ ਹੋ ਉਹਦੇ 'ਚ ਪ੍ਰੋਪਰ ਡਿਟੇਲਸ ਦੇਣੀਆਂ ਪੈਂਦੀਆਂ ਹੈ ਕਿ ਕੀ ਰੀਜ਼ਨ ਹੈ, ਕਿਹਦੀ ਵਜ੍ਹਾ ਨਾਲ ਤੁਸੀਂ, ਮਤਲਬ ਜਨੈਰਿਕ ਰੀਜ਼ਨ ਜੇ ਦਿਓਗੇ ਉਹ ਇਨਫ ਨਹੀਂ ਹੈ। ਸੋ ਤੁਹਾਨੂੰ ਕਲੇਮ ਕਰਨਾ, ਐਕਸਪਲੇਨ ਕਰਨਾ ਪੈਂਦਾ ਹੈ ਕਿ ਕਿਉਂ ਤੁਸੀਂ ਉਹ ਕਲੇਮ ਕਰ ਰਹੇ ਹੋ। ਤੁਹਾਨੂੰ ਚਲੋ ਵਰਕ ਵੀਜ਼ਾ ਮਿਲ ਜਾਂਦਾ ਹੈ, ਉਸ ਤੋਂ ਬਾਅਦ ਜੇ ਤੁਹਾਡਾ ਕਲੇਮ ਜਿਹੜਾ ਹੈ ਉਹ ਡਿਕਲਾਈਨ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ ਫਿਊਚਰ ਨਹੀਂ, ਕੋਈ ਟੈਂਪਰੇਰੀ ਵੀਜ਼ਾ 'ਤੇ ਕੋਈ ਨਹੀਂ ਹੈਗਾ, ਬਿਕਾਜ਼ ਯੂ ਯੂਅਰ ਸੈਲਫ ਤੁਸੀਂ ਖੁਦ ਕਹਿ ਰਹੇ ਹੋ ਕਿ ਤੁਸੀਂ ਆਪਣੀ ਹੋਮ ਕੰਟਰੀ ਰਿਟਰਨ ਨਹੀਂ ਕਰ ਸਕਦੇ। ਉਸ ਕੇਸ ਦੇ ਵਿੱਚ ਤੁਹਾਡੇ ਬੋਨਾਫਾਈਡਸ ਜਿਹੜੇ ਆ ਉਹ ਇਫੈਕਟ ਹੁੰਦੇ ਨੇ। ਸੋ ਅਗੇਨ ਕਲੇਮ ਪਾਉਣ ਤੋਂ ਪਹਿਲੇ ਐਪਲੀਕੈਂਟਸ ਆਫ ਕੋਰਸ ਨੀਡ ਟੂ ਥਿੰਕ ਕਿ ਇਹਦਾ ਉਹਨਾਂ ਨੂੰ ਕੀ ਫਾਇਦਾ ਹੈ, ਕਿ ਉਹ ਥੋੜ੍ਹੀ ਦੇਰ ਦਾ ਵਰਕ ਵੀਜ਼ਾ ਲੈਣ ਦਾ ਉਹਨਾਂ ਨੂੰ ਕੀ ਫਾਇਦਾ ਹੈ, ਅਤੇ ਨਾਲ ਕੀ ਉਹ ਪ੍ਰੂਵ ਕਰ ਸਕਦੇ ਨੇ ਅੱਗੇ ਕਿ ਉਹਨਾਂ ਨੂੰ ਐਕਚੁਅਲ 'ਚ ਖਤਰਾ ਹੈ, ਕੰਕਰੀਟ ਜਿਹੜਾ ਪ੍ਰੋਪਰ ਐਵੀਡੈਂਸ ਦੇ ਕੇ, ਮਤਲਬ ਜਨੈਰਿਕ ਨਹੀਂ ਉਹ ਦੱਸ ਸਕਦੇ ਕਿ ਮੈਨੂੰ ਲੋਕ ਅੱਛਾ ਨਹੀਂ ਟ੍ਰੀਟ ਕਰਦੇ, ਉਹਨਾਂ ਨੂੰ ਪ੍ਰੋਪਰ ਐਵੀਡੈਂਸ ਦੇਣਾ ਪੈਂਦਾ ਹੈ। ਐਂਡ ਰੀਸੈਂਟਲੀ ਇੱਕ ਹੋਰ ਵੀ ਖਬਰ ਆਈ ਸੀਗੀ ਕਿ ਕਿਸੇ ਦੇ ਵੱਲੋਂ ਰਿਫਿਊਜੀ ਸਟੇਟਸ ਲਿਆ ਗਿਆ ਸੀਗਾ, ਉਸ ਤੋਂ ਬਾਅਦ ਵੀ ਉਹ ਆਪਣੇ ਦੇਸ਼ ਜਾ ਕੇ ਘੁੰਮ ਕੇ ਆਇਆ ਹੈ ਨਾ। ਹਾਂਜੀ ਹਾਂਜੀ, ਸੋ ਆਈ ਡੋਨਟ ਥਿੰਕ ਕਿ ਫਿਰ ਤੁਸੀਂ ਜਾ ਸਕਦੇ ਹੋ ਹੈ ਨਾ। ਹਾਂਜੀ, ਸ਼ਾਰਟ ਟਰਮ ਦੇ ਵਿੱਚ ਤੇ ਨਹੀਂ ਆਫ ਕੋਰਸ, ਮਤਲਬ ਤੁਹਾਨੂੰ ਦੱਸਣਾ ਪੈਂਦਾ ਨਾ ਕਿ ਉਹ ਖਤਰਾ ਕਿ ਖਤਮ ਹੋ ਗਿਆ ਜਾਂ ਕੀ ਰੀਜ਼ਨ ਹੋਇਆ। ਹਾਂ, ਸਿਰਫ ਮੈਨੂੰ ਲੱਗਦਾ ਕਿ ਥੋੜ੍ਹੇ ਸਮੇਂ ਦਾ ਵਰਕ ਵੀਜ਼ਾ ਲੈਣ ਦੇ ਲਈ
ਕੋਈ ਇਹੋ ਜਿਹਾ ਰਾਹ ਅਪਣਾਉਣਾ ਇਟਸ ਨੋਟ ਅ ਗੁੱਡ ਥਿੰਗ। ਹਾਂਜੀ, ਜੇ ਤੁਹਾਡੇ ਕੋਲ ਪ੍ਰੂਫ ਹੈ, ਜੇ ਤੁਸੀਂ ਐਕਚੁਅਲੀ ਡੇਂਜਰ ਚੋਂ ਤੁਹਾਨੂੰ ਲੱਗਦਾ ਡੇਂਜਰ ਚੋਂ ਜਾਂ ਤੁਸੀਂ ਪ੍ਰੂਫ ਕਰ ਸਕਦੇ ਹੋ ਜੀ, ਮਤਲਬ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਜਿਵੇਂ ਇਗਜ਼ਾਮਪਲ ਹੈ ਕਿ ਜੀ ਮੈਂ ਕਿਸੇ ਕੋਲ ਪੈਸੇ ਲਏ ਹੋ ਮੇਰੇ ਪਿੱਛੇ ਪਿਆ। ਹਾਂ, ਇਹ ਬਹੁਤ ਕਾਮਨ ਚੀਜ਼ਾਂ ਹੁੰਦੀਆਂ ਨੇ। ਉਸ ਤੋਂ ਬਾਅਦ ਤੁਸੀਂ ਇਹ ਪ੍ਰੂਫ ਦੇਣਾ ਹੈ ਕਿ ਤੁਸੀਂ ਉੱਥੋਂ ਦੇ ਲਾਅ ਜਾਂ ਆਰਡਰ ਦੀ ਹੈਲਪ ਲੈਣ ਦੀ ਕੋਸ਼ਿਸ਼ ਕੀਤੀ। ਜੇ ਤੁਸੀਂ ਕਹੋਗੇ ਮੈਂ ਕੋਸ਼ਿਸ਼ ਹੀ ਨਹੀਂ ਕੀਤੀ, ਮੈਂ ਕਿਸੇ ਕੋਈ ਹੈਲਪ ਨਹੀਂ ਲਈ, ਉਹ ਫਿਰ ਇਮੀਗ੍ਰੇਸ਼ਨ ਇਹ ਦੇਖਦੀ ਹੈ ਨਾ ਕਿ ਤੁਹਾਡਾ ਕੰਟਰੀ 'ਚ ਵੀ ਲਾਅ ਐਂਡ ਆਰਡਰ ਹੈਗਾ ਜਿਹੜਾ ਤੁਹਾਨੂੰ ਪ੍ਰੋਟੈਕਟ ਕਰਨ ਲੱਗ ਪੈਣਾ। ਜੇ ਉਹ ਨਹੀਂ ਪ੍ਰੋਟੈਕਟ ਕਰ ਸਕਦੇ, ਦੈਨ ਆਫ ਕੋਰਸ ਉਹ ਕਲੇਮ ਜਿਹੜਾ ਐਕਸੈਪਟ ਕਰਦੇ ਨੇ ਜੀ। ਸੋ ਇਹ ਤਾਂ ਮੈਸੇਜ ਇਹੀ ਆ ਕਿ ਪਹਿਲਾਂ ਸੋਚੋ, ਜੇ ਤੁਸੀਂ ਹਾਂਜੀ ਇਹ ਕਰਨ ਦਾ ਵੀ ਸੋਚ ਰਹੇ ਹੋ ਤਾਂ ਪਹਿਲਾਂ ਡਬਲ ਯੂ ਨੋ ਦੋ ਵਾਰੀ ਸੋਚਣਾ ਜ਼ਰੂਰੀ ਹੈ। ਅੱਛਾ ਸੁਖਪ੍ਰੀਤ, ਲਾਸਟ ਵਿੱਚ ਰੈਜ਼ੀਡੈਂਸੀ ਦੀ ਗੱਲ ਕਰਦੇ ਹਾਂ। ਹਾਂਜੀ, ਬਹੁਤ ਸਾਰੇ ਲੋਕ ਸਟਰਗਲ ਕਰ ਰਹੇ, ਲੋਕਾਂ ਕੋਲ ਆਪਸ਼ਨ ਨਹੀਂ ਹੈਗੇ, ਵਰਕ ਵੀਜ਼ਾ ਵਾਲੇ ਜਿਹਨਾਂ ਦੇ 2 ਸਾਲ ਹੋ ਚੁੱਕੇ ਆ, ਤੀਜਾ ਸਾਲ, ਇੱਕ ਇੱਕ ਸਾਲ ਰਹਿ ਗਿਆ ਵਰਕ ਵੀਜ਼ਾ ਦਾ, ਸੋਚ ਰਿਹਾ ਕਿ ਹੁਣ ਰੈਜ਼ੀਡੈਂਸੀ ਦੇ ਲਈ ਕੀ ਕੀਤਾ ਜਾਵੇ, ਉਹਦੇ ਲਈ ਕੁਛ ਖਾਸ ਅਨਾਊਂਸਮੈਂਟ, ਕੁਛ ਖਾਸ ਜਾਣਕਾਰੀਆਂ। ਉਹਦੇ 'ਚ ਜਿਹੜੇ ਤਾਂ ਟਰਾਂਸਪੋਰਟ ਸੈਕਟਰ ਵਾਲੇ ਨੇ ਜਿਹੜੇ ਕਿ 6 April ਤੱਕ 2024 ਤੱਕ ਜੀ ਉਹ ਆਪਣਾ ਕੰਮ ਸ਼ੁਰੂ ਕਰ ਚੁੱਕੇ ਸੀਗੇ ਇਨ ਟਰਾਂਸਪੋਰਟ ਸੈਕਟਰ, ਉਹਨਾਂ ਨੂੰ ਤਾਂ 5 ਸਾਲ ਦਾ ਮੈਕਸੀਮਮ ਡਿਊਰੇਸ਼ਨ ਔਨ ਪਾਥਵੇ ਟੂ ਰੈਜ਼ੀਡੈਂਸ ਹੈਗੇ ਨੇ, ਉਹਨਾਂ ਨੂੰ 5 ਸਾਲ ਦਾ ਮੈਕਸੀਮਮ ਵੀਜ਼ਾ ਮਿਲੇਗਾ। ਉਸ ਤੋਂ ਬਾਅਦ ਅਫਕੋਰਸ ਜਿਨ੍ਹਾਂ ਦੇ 2 ਸਾਲ ਪੂਰੇ ਹੋ ਜਾਂਦੇ ਨੇ, ਆਇਲਸ ਰਿਕੁਆਇਰਮੈਂਟ ਮੀਟ ਹੋ ਜਾਂਦੀ ਹੈ, ਦੇ ਕੈਨ ਅਪਲਾਈ ਫੋਰ ਰੈਜ਼ੀਡੈਂਸ। ਰੈਜ਼ੀਡੈਂਸ ਪ੍ਰੋਸੈਸਿੰਗ ਕਾਫੀ ਕੁਇਕ ਹੈ, 2-3-4 months ਇਹਦੇ 'ਚ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ ਜੀ ਜੀ ਜੀ। ਅਤੇ SMC ਵੀ ਜਿਹੜੀ ਹੈਗੀ ਹੈ ਉਹ ਵੀ ਕਾਫੀ ਕੁਇਕ ਹੈ ਇਸ ਟਾਈਮ ਦੇ ਉੱਤੇ। ਸੋ ਅਫਕੋਰਸ ਇਫ ਯੂ ਥਿੰਕ ਯੂ ਆਰ ਐਲੀਜੀਬਲ ਯੂ ਕੈਨ ਕੰਟੈਕਟ ਅਸ ਐਂਡ ਦੈਨ ਵੀ ਕੈਨ ਪ੍ਰੋਵਾਈਡ ਕੇਸ ਅਸੈਸਮੈਂਟ ਜੀ। ਸੋ ਇਮੀਗ੍ਰੇਸ਼ਨ ਦਾ ਜਿਹੜਾ ਐਟੀਟਿਊਡ ਹੈ, ਜਿਵੇਂ ਪਹਿਲੇ ਮੈਨੇਜਰੀਅਲ ਪੋਜੀਸ਼ਨਸ ਹੁੰਦੀਆਂ ਸੀਗੀਆਂ ਜਦੋਂ ਪੁਰਾਣੇ SMC ਦੇ ਵਿੱਚ ਸੀਗੀ ਪੋਲਿਸੀ, ਉਹਦੇ 'ਚ ਬਹੁਤ ਜ਼ਿਆਦਾ ਸਕਰੂਟਨਾਈਜ਼ ਕਰਦੇ ਸੀ ਰਿਟੇਲ ਮੈਨੇਜਰ ਜੀ। ਹੋਸਪਿਟੈਲਿਟੀ ਦੇ ਵਿੱਚ ਜਿਹੜੇ ਕੋਈ ਮੈਨੇਜਰ ਹੁੰਦਾ ਸੀ ਉਹਨਾਂ ਨੂੰ ਬਹੁਤ ਸਕਰੂਟਨਾਈਜ਼ ਕਰਦੇ ਸੀ ਰੂਲਸ ਨੂੰ। ਹੁਣ ਇੰਨਾ ਜ਼ਿਆਦਾ ਸਟ੍ਰਿਕਟ ਐਟੀਟਿਊਡ ਨਹੀਂ ਹੈਗਾ ਇਮੀਗ੍ਰੇਸ਼ਨ ਦਾ। ਸੋ ਯੈਸ, ਜਲਦੀ ਕੁਇਕ ਪ੍ਰੋਸੈਸਿੰਗ ਹੈ ਅਤੇ ਜ਼ਿਆਦਾ ਨਹੀਂ ਉਹ ਸਕਰੂਟਨਾਈਜ਼ ਨਹੀਂ ਕਰਦੇ ਰੋਲਸ ਨੂੰ ਸਪੈਸੀਫਿਕਲੀ। ਸੋ ਜੀ ਹਾਂ, ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਰੈਜ਼ੀਡੈਂਸੀ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਹੈ ਉਹ ਪਾਥਵੇ, ਤਾਂ ਤੁਸੀਂ ਜ਼ੈਨਥ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਵਧੀਆ ਅਸਿਸਟ ਕਰਨਗੇ, ਅਸੈਸਮੈਂਟ ਕਰਨਗੇ ਤੁਹਾਡੀ ਫਾਈਲ ਦੀ, ਤੁਹਾਡੀ ਪ੍ਰੋਫਾਈਲ ਦੀ, ਤਾਂ ਕਿ ਤੁਹਾਨੂੰ ਸਹੀ ਸਲਾਹ ਮਿਲ ਸਕੇ। ਅਤੇ ਸਹੀ ਸਲਾਹ ਲੈਣਾ ਬਹੁਤ ਜ਼ਰੂਰੀ ਆ। ਸਾਡੇ ਫਿਊਚਰ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਵਰਕ ਵੀਜ਼ਾ 'ਤੇ ਹੁੰਦੇ ਹਾਂ, ਸਟੂਡੈਂਟ ਵੀਜ਼ਾ 'ਤੇ ਹੁੰਦੇ ਹਾਂ, ਅਤੇ ਸਾਨੂੰ ਵਰਕ ਵੀਜ਼ਾ ਦੀ ਟੈਨਸ਼ਨ, ਵਰਕ ਵੀਜ਼ਾ ਤੋਂ ਬਾਅਦ ਸਾਨੂੰ ਰੈਜ਼ੀਡੈਂਸੀ ਦੀ ਟੈਨਸ਼ਨ। ਸੋ ਇਹ ਸਾਰੀਆਂ ਟੈਨਸ਼ਨਾਂ ਦਾ ਹੱਲ ਸਾਡੇ ਨਾਲ ਸੁਖਪ੍ਰੀਤ ਜੀ ਹੈਗੇ ਆ। ਸੋ ਤੁਸੀਂ ਜ਼ਰੂਰ ਕੰਟੈਕਟ ਕਰੋ ਉਹਨਾਂ ਨੂੰ, ਨੰਬਰ ਤੁਹਾਡੇ ਸਕਰੀਨ ਦੇ ਉੱਤੇ, ਜਿਹੜਾ ਸਾਡੀ ਸਕਰੀਨ ਦੇ ਉੱਤੇ ਤੁਹਾਨੂੰ ਮਿਲ ਜਾਣਗੇ, ਅਤੇ ਸੰਪਰਕ ਕਰੋ ਜੇ ਕਿਸੇ ਵੀ ਵੀਜ਼ਾ ਦੇ ਬਾਰੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ। ਐਂਡ ਥੈਂਕ ਯੂ ਸੋ ਮਚ ਸੁਖਪ੍ਰੀਤ, ਥੈਂਕ ਯੂ ਸੋ ਮਚ ਆਉਣ ਦੇ ਲਈ, ਅਤੇ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ। ਥੈਂਕ ਯੂ ਜੱਸੀ, ਥੈਂਕ ਯੂ ਸੋ ਮਚ ਜੀ। ਮਿਲਦੇ ਫਿਰ ਅਗਲੇ ਇੰਟਰਵਿਊ ਦੇ ਨਾਲ, ਉਹ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।